ਸਤਿ ਸ਼੍ਰੀ ਅਕਾਲ ਮੈਂ ਹਾਂ ਪ੍ਰੇਰਨਾ ਤੁਸੀਂ ਵੇਖ ਰਹੇ ਹੋ ਸਾਂਝਾ ਪੰਜਾਬ USA ਜਿੱਥੇ ਤੁਹਾਨੂੰ ਦਿਖਾਈਆਂ ਜਾਣਗੀਆਂ ਦੇਸ਼ ਦੁਨੀਆ ਮਨੋਰੰਜਨ ਖੇਡ ਤੇ ਵਪਾਰ ਜਗਤ ਦੀਆਂ ਅਹਿਮ ਸਰਗਰਮੀਆਂ ਫਟਾਫਟ ਯਾਨੀ ਤੇਜ਼ ਰਫ਼ਤਾਰ ਦੇ ਨਾਲ ਰੋਜ਼ਾਨਾ ਦੀ ਤਰ੍ਹਾਂ ਰੁਕ ਕਰਦੇ ਹਾਂ ਅੱਜ ਦੀ ਪਹਿਲੀ ਖਬਰ ਦੇ ਵੱਲ ਸ਼ਹਿਰ ਦੇ ਵਿੱਚ ਅੱਜ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ ਜਾਣਕਾਰੀ ਦੇ ਅਨੁਸਾਰ ਸੋਢਲ ਅੰਡਰਬ੍ਰਿਜ ਦੇ ਪਿੱਛੇ ਪੈਂਦੇ ਗਾਜ਼ੀ ਗੁਲਾਬ ਗਰਾਊਂਡ ਰੇਲਵੇ ਲਾਈਨ 'ਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਦੋਸ਼ ਹੈ ਕਿ ਦੋ ਭਰਾਵਾਂ ਨੇ ਪੈਸਿਆਂ ਦੇ ਲੈਣ ਦੇਣ ਦੇ ਵਿੱਚ ਇੱਕ ਨੌਜਵਾਨ 'ਤੇ ਫਾਇਰ ਕੀਤਾ ਪਰ ਕਿਸੇ ਦੇ ਗੋਲੀ ਲੱਗਣ ਤੋਂ ਬੱਚਾ ਹੋ ਗਿਆ ਜਾਣਕਾਰੀ ਦਿੰਦਿਆਂ ਜੈਕਸਨ ਨਿਵਾਸੀ ਗਾਜ਼ੀ ਗੁਲਾ ਨੇ ਦੱਸਿਆ ਹੈ ਕਿ ਉਸਨੇ ਰੌਕੀ ਅਤੇ ਮੋਂਟੀ ਨਾਮ ਦੇ ਦੋ ਭਰਾਵਾਂ ਤੋਂ ਕੋਰੋਨਾ ਸਮੇਂ ਦੌਰਾਨ ਪੈਸੇ ਵਿਆਜ 'ਤੇ ਲਏ ਸਨ ਸਾਰੇ ਪੈਸੇ ਦੇਣ ਦੇ ਬਾਵਜੂਦ ਦੋਵੇਂ ਭਰਾ ਜੋ ਹੈ ਪੈਸਿਆਂ ਦੀ ਮੰਗ ਕਰ ਰਹੇ ਨੇ ਦੋਸ਼ ਹੈ ਕਿ ਸੋਮਵਾਰ ਦੀ ਸ਼ਾਮ ਉਹਨਾਂ ਨੇ ਫੋਨ ਕਰਕੇ ਜੋ ਹੈ ਧਮਕਾਇਆ ਪਰ ਜੈਕਸਨ ਨੇ ਜਦੋਂ ਉਹਨਾਂ ਨੂੰ ਪੈਸੇ ਲੈਣ ਦੇ ਲਈ ਬੁਲਾਇਆ ਤਾਂ ਮੋਂਟੀ ਨੇ ਗੋਲੀ ਚਲਾ ਦਿੱਤੀ ਹਾਲਾਂਕਿ ਮੌਕੇ ਤੋਂ ਗੋਲੀ ਦਾ ਖੋਲ ਨਹੀਂ ਮਿਲਿਆ ਇਹ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਵੀਡੀਓ ਦੇ ਵਿੱਚ ਦੋ ਵਿਅਕਤੀ ਇੱਕ ਨੌਜਵਾਨ ਦੇ ਨਾਲ ਹੱਥੋਂ ਪਾਈ ਕਰਦੇ ਨਜ਼ਰ ਆ ਰਹੇ ਨੇ ਇਹਨਾਂ ਨੂੰ ਇੱਕ ਨੌਜਵਾਨ ਨੇ ਆਪਣੀ ਜੇਬ 'ਚੋਂ ਪਿਸਤੌਲ ਕੱਢ ਕੇ ਜੋ ਹੈ ਹਵਾਈ ਫਾਇਰ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਕਣਕ ਦਾ ਖਰੀਦ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਨਗਦ ਕਰਜ਼ਾ ਹੱਦ ਜੋ ਹੈ CCL ਪ੍ਰਾਪਤ ਕਰਨ ਦੇ ਲਈ ਕੀਤੇ ਗਏ ਠੋਸ ਯਤਨਾਂ ਸਦਕਾ ਰਿਜ਼ਰਵ ਬੈਂਕ ਆਫ ਇੰਡੀਆ ਨੇ ਅੱਜ ਹਾੜੀ ਮੰਡੀਕਰਨ ਸੀਜ਼ਨ ਦੇ ਦੌਰਾਨ ਪੰਜਾਬ 'ਚ ਕਣਕ ਖਰੀਦਣ ਦੇ ਲਈ ਅਪ੍ਰੈਲ 2022 ਦੇ ਅੰਤ ਤੱਕ 24,773.11 ਰੁਪਏ ਨੂੰ ਜੋ ਹੈ ਪ੍ਰਵਾਨਗੀ ਦੇ ਦਿੱਤੀ ਹੈ ਉੱਥੇ ਇਸ ਦੌਰਾਨ ਭਗਵੰਤ ਮਾਨ ਨੇ ਸਮੇਂ ਸਿਰ CCL ਜਾਰੀ ਕਰਨ ਲਈ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਹੈ ਕਿਉਂਕਿ ਇਸ ਦੇ ਨਾਲ ਮੌਜੂਦਾ ਹਾੜੀ ਸੀਜ਼ਨ ਦੇ ਦੌਰਾਨ ਕਣਕ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਇਆ ਜਾ ਸਕੇਗਾ ਆਮ ਆਦਮੀ ਪਾਰਟੀ ਨੇ ਚੋਣਾਂ ਦੇ ਦੌਰਾਨ ਬਿਜਲੀ ਦੇ ਨਾਲ ਸੰਬੰਧਿਤ ਦੋ ਵਾਅਦੇ ਕੀਤੇ ਸਨ ਜਿਸ ਦੇ ਵਿੱਚ 3 ਯੂਨਿਟ ਮੁਫਤ ਬਿਜਲੀ ਦੇਣ ਦੇ ਨਾਲ ਨਾਲ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦਾ ਦਾਅਵਾ ਕੀਤਾ ਗਿਆ ਸੀ ਪਰ ਇਹਨਾਂ ਦਾਅਵਿਆਂ ਦੇ ਉਲਟ ਪੇਂਡੂ ਇਲਾਕਿਆਂ 'ਚ 3 ਤੋਂ 5 ਘੰਟੇ ਦਾ ਪਾਵਰ ਕੱਟ ਲਗਾਉਣਾ ਜੋ ਹੈ ਸ਼ੁਰੂ ਕਰ ਦਿੱਤਾ ਗਿਆ ਅਤੇ ਸ਼ਹਿਰੀ ਖਪਤਕਾਰਾਂ 'ਤੇ ਵੀ ਬਿਜਲੀ ਕੱਟਾਂ ਦੀ ਤਲਵਾਰ ਲਟਕ ਚੁੱਕੀ ਹੈ ਇਸ ਸਮੇਂ ਜੋ ਹਾਲਾਤ ਬਣੇ ਹੋਏ ਨੇ ਵਿੱਚ ਜੇਕਰ ਜਲਦ ਤੋਂ ਜਲਦ ਸੁਧਾਰ ਨਾ ਹੋਇਆ ਤਾਂ ਡਿਮਾਂਡ ਸਿਖਰ 'ਤੇ ਪਹੁੰਚਣ ਦੀ ਸੂਰਤ ਦੇ ਵਿੱਚ ਪਾਵਰ ਕੱਟ ਲੱਗਣੇ ਸ਼ੁਰੂ ਹੋ ਜਾਣਗੇ ਕੱਟ ਲੱਗਣ ਦੇ ਦੋ ਮੁੱਖ ਕਾਰਨ ਨੇ ਸਭ ਤੋਂ ਵੱਡਾ ਕਾਰਨ ਕੋਲੇ ਦੇ ਸੰਕਟ ਦੇ ਰੂਪ ਦੇ ਵਿੱਚ ਦੇਖਿਆ ਜਾ ਰਿਹਾ ਹੈ ਉੱਥੇ ਹੀ ਦੂਜੀ ਦਿੱਕਤ ਇਹ ਹੈ ਕਿ ਕੇਂਦਰੀ ਪੁਲ ਤੋਂ ਬਿਜਲੀ ਲੈਣ ਦੇ ਲਈ ਲਾਈਨਾਂ ਦੀ ਸਮਰੱਥਾ ਅਜੇ ਵੱਧ ਨਹੀਂ ਸਕੀ ਅਤੇ ਉਸ 'ਤੇ ਕੰਮ ਚੱਲ ਰਿਹਾ ਹੈ ਜੋ ਨਿਰਧਾਰਿਤ ਸਮੇਂ ਤੋਂ ਪਿੱਛੇ ਚੱਲ ਰਿਹਾ ਹੈ ਪੰਜਾਬ ਦੇ ਲੋਕਾਂ ਨੂੰ ਮਹਿੰਗਾਈ ਦਾ ਇੱਕ ਹੋਰ ਝਟਕਾ ਦਿੰਦਿਆਂ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ NHAI ਨੂੰ ਪੰਜਾਬ ਭਰ ਦੇ ਟੋਲ ਪਲਾਜ਼ਿਆਂ ਦੇ ਟੈਕਸ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਹੈ ਟੋਲ ਪਲਾਜ਼ਿਆਂ ਦੇ ਰੇਟ 10 ਤੋਂ 40 ਰੁਪਏ ਤੱਕ ਦੇ ਜੋ ਨੇ ਵਧਾ ਦਿੱਤੇ ਗਏ ਨੇ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਦੇ ਬਾਵਜੂਦ ਕੰਪਨੀਆਂ ਨੇ ਇਹਨਾਂ ਟੋਲ ਪਲਾਜ਼ਿਆਂ ਦੇ ਰੇਟ ਵਧਾਉਣ ਦਾ ਫੈਸਲਾ ਕਰ ਲਿਆ ਕਿਸਾਨ ਸੰਘਰਸ਼ ਦੇ ਦੌਰਾਨ ਪੰਜਾਬ ਭਰ ਦੇ ਵਿੱਚ 2 ਸਾਲ ਟੋਲ ਪਲਾਜ਼ੇ ਬੰਦ ਸਨ ਅਤੇ ਦੱਸ ਦਈਏ ਕਿ ਪੰਜਾਬ ਦੇ ਕਈ ਨੈਸ਼ਨਲ ਹਾਈਵੇ 'ਤੇ ਹੁਣ ਟੋਲ ਪਲਾਜ਼ਿਆਂ 'ਤੇ ਵਾਹਨ ਚਾਲਕਾਂ ਨੂੰ 1 ਅਪ੍ਰੈਲ ਤੋਂ ਵਧੀਆਂ ਹੋਈਆਂ ਦਰਾਂ ਦੇ ਨਾਲ ਟੋਲ ਟੈਕਸ ਦਾ ਭੁਗਤਾਨ ਕਰਨਾ ਹੋਵੇਗਾ ਇਹ ਟੈਕਸ 10 ਤੋਂ 40 ਰੁਪਏ ਦਾ ਜੋ ਹੈ ਇਸ ਵਿੱਚ ਵਾਧਾ ਹੋਇਆ ਟੋਲ ਟੈਕਸ ਵਧਾਉਣ ਦੇ ਪਿੱਛੇ ਲੋਕਡਾਊਨ ਦੌਰਾਨ ਪਏ ਘਾਟੇ ਨੂੰ ਪੂਰਾ ਕਰਨਾ ਦੱਸਿਆ ਜਾ ਰਿਹਾ ਦੂਜੇ ਪਾਸੇ ਲੋਕਾਂ ਦੇ ਵਿੱਚ ਨਾਰਾਜ਼ਗੀ ਹੈ ਕਿ ਬਿਨਾਂ ਸਹੂਲਤ ਹੀ ਟੋਲ ਦਰ ਕਿਉਂ ਵਧਾਏ ਜਾ ਰਹੇ ਨੇ ਮਾਛੀਵਾੜਾ ਪੁਲਿਸ ਦੇ ਵੱਲੋਂ ਇੱਕ 65 ਸਾਲਾਂ ਦੇ ਬਜ਼ੁਰਗ ਗ੍ਰੰਥੀ ਨੂੰ 15 ਸਾਲਾਂ ਮੰਦ ਬੁੱਧੀ ਨਾਬਾਲਗ ਲੜਕੀ ਦੇ ਨਾਲ ਜਬਰ ਜਨਾਹ ਕਰਨ ਦੇ ਕਥਿਤ ਦੋਸ਼ ਦੇ ਹੇਠ ਸੋਹਣ ਸਿੰਘ ਉਰਫ ਸੋਹਣੀ ਜੋ ਕਿ ਮਾਛੀਵਾੜਾ ਬਲਾਕ ਦੇ ਪਿੰਡ ਦਾ ਹੀ ਰਹਿਣ ਵਾਲਾ ਹੈ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਮਾਛੀਵਾੜਾ ਪੁਲਿਸ ਥਾਣਾ ਦੇ ਵਿੱਚ ਮੰਦ ਬੁੱਧੀ ਕੁੜੀ ਦੀ ਭੂਆ ਨੇ ਬਿਆਨ ਦਰਜ ਕਰਵਾਏ ਨੇ ਕਿ ਉਸਦੇ ਭਰਾ ਦੀ ਇੱਕ 15 ਸਾਲ ਦੀ ਲੜਕੀ ਹੈ ਜੋ ਕਿ ਮੰਦ ਬੁੱਧੀ ਹੈ ਜਿਸ ਨੂੰ ਆਪਣੇ ਚੰਗੇ ਮਾੜੇ ਦੀ ਸਮਝ ਨਹੀਂ ਹੈ 26 ਮਾਰਚ ਨੂੰ ਜਦੋਂ ਉਹ ਆਪਣੇ ਪੇਕੇ ਘਰ ਆਈ ਤਾਂ ਉਸਨੂੰ ਪਤਾ ਲੱਗਾ ਕਿ ਉਸਦੀ ਨਾਬਾਲਗ ਭਤੀਜੀ ਕੋਈ ਦਵਾਈ ਖਾਂਦੀ ਹੈ ਅਤੇ ਪੁੱਛਣ 'ਤੇ ਉਸਨੇ ਦੱਸਿਆ ਹੈ ਕਿ ਇਹ ਦਵਾਈ ਉਸਨੂੰ ਸੋਹਣ ਸਿੰਘ ਉਰਫ ਸੋਹਣੀ ਨੇ ਦਿੱਤੀ ਹੈ ਜਦੋਂ ਉਸਨੇ ਆਪਣੀ ਮੰਦ ਬੁੱਧੀ ਭਤੀਜੀ ਨੂੰ ਕੁਝ ਸਖਤੀ ਦੇ ਨਾਲ ਪੁੱਛਿਆ ਤਾਂ ਉਸਨੇ ਦੱਸਿਆ ਕਿ ਸੋਹਣ ਸਿੰਘ ਨੇ ਉਸਨੂੰ ਇੱਕ ਮੋਬਾਈਲ ਫੋਨ ਲੈ ਕੇ ਦਿੱਤਾ ਹੋਇਆ ਸੀ ਜਿਸ 'ਤੇ ਉਹ ਫੋਨ ਕਰਕੇ ਉਸਨੂੰ ਆਪਣੇ ਘਰ ਬੁਲਾਉਂਦਾ ਸੀ ਮੋਗਾ ਜ਼ਿਲ੍ਹੇ ਦੀ ਸਬ ਡਿਵੀਜ਼ਨ ਧਰਮਕੋਟ ਨਿਵਾਸੀ ਗੁਰਮੀਤ ਸਿੰਘ ਔਲਖ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਪਤੀ ਪਤਨੀ ਦੇ ਵੱਲੋਂ 15,20,000 ਦੀ ਠੱਗੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਇਸ ਸਬੰਧ ਦੇ ਵਿੱਚ ਐਂਟੀ ਹਿਊਮਨ ਟ੍ਰੈਫਿਕਿੰਗ ਸੈੱਲ ਮੋਗਾ ਦੇ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਕਥਿਤ ਦੋਸ਼ੀ ਰਾਕੇਸ਼ ਕੁਮਾਰ ਉਰਫ ਬੰਟੀ ਅਤੇ ਰਾਜਵੰਤ ਕੌਰ ਉਰਫ
तमन्ना निवासी नमन इंकलेव नेड़े ट्रक यूनियन जीरा खिलाफ थाना धर्मकोट दे विच धोखादेही अते कथित मिलीभुगत दा मामला दर्ज किया गया। जानकारी दे अनुसार जिला पुलिस मुखी मोगा नूं दित्ते शिकायत पत्र दे विच गुरमीत सिंह ने कहा है कि वह कैनेडा जाण दा चाहवान सी अते उसकी साल 2020 दे विच राजवंत कौर अते राकेश कुमार दे नाल मुलाकात हुई सी, जिन्हां उसनूं कहा है कि उसनूं अपनी लड़की का गार्डियन बना के कैनेडा भेज देंगे, जिस उपर 18 लाख रुपए खर्च आएगा, जिसते मैं वक्-वक् तरीकों के राही बैंक खातों के राही जो है 15 लाख 20 हज़ार रुपए दे दिते ने। चंडीगढ़ के सरकारी कर्मचारियों से केंद्रीय नियम लागू करने के फैसले से पंजाब सरकार ने सख्त इतराज जताया है। खजाना मंत्री हरपाल सिंह चीमा ने इसनूं केंद्र दे वलों पंजाब दे हक्कां दे डाका मारन दा करार दे दिता है। कैबिनेट मंत्री ने चेतावनी दिंदे कहा है कि केंद्र सरकार दे फैसले खिलाफ पंजाब सरकार कानूनी लड़ाई भी लड़ेगी अते जमीन ते उतर के प्रदर्शन भी करेगी। चंडीगढ़ च पत्रकारां दे नाल गलबात करदे हुए चीमा ने कहा कि चंडीगढ़ प्रशासन दे विच पंजाब दा हिस्सा लगभग खत्म करन दा यतन किया जा रहा है। भाजपा सरकार तानाशाही फैसले लैके लगातार पंजाब दे हक्कां ते डाका मार रही है। उन्होंने कहा है कि जदों पंजाब दे विच विधानसभा दीआं चोणां होण जा रहीआं सी तां दिल्ली दे विच MCD दीआं चोणां पेंडिंग सन, तां चोण कमीशन दी चलदी प्रैस कॉन्फ्रेंस दौरान MCD दीआं चोणां रद्द कर दित्तियां गईआं सन, क्योंकि भाजपा सरकार समझ चुकी सी कि पंजाब दे विच आम आदमी पार्टी जित रही है ते दिल्ली दे विच वी भाजपा नूं हार दा सामना करना पै सकदा है। चंडीगढ़ के सरकारी कर्मचारियों से केंद्रीय नियम लागू करने लैके सूबे दे विच सियासी घमसान मच गया। पंजाब के सबका मुख्यमंत्री प्रकाश सिंह बादल ने केंद्र सरकार के इस फैसले ते तिखे सवाल चुके ने। सरदार बादल ने जिथे केंद्र ते इस फैसले नूं तिखी आलोचना की उत्थे ही उन्हां इस नूं पंजाब दे नाल धक्का करार दे दिता है। सरदार बादल ने आख्या है कि केंद्र सरकार हुण मुकम्मल तौर पर चंडीगढ़ ते कब्जा करना चाहुंदी है। पिंड मुहाणा दे विखे पत्रकारां दे नाल गलबात करदिआं बादल ने कहा कि केंद्र दे वल्लों चंडीगढ़ ते केंद्रीय नियम लागू किए जा रहे ने। उन्हें यह भी कहा कि केंद्र ने हमेशा पंजाब दे नाल धोखा किया है। पहला पंजाब की राजधानी चंडीगढ़ सी, जदों पंजाब की वंड वेले चंडीगढ़ के दो हिस्सों के वंड दिता गया तो वादा किया कि चंडीगढ़ के पंजाब के अद्धे मुलाजम होणगे, फिर इत्थे जो है वह भी वापस कर दिते। हुण केंद्रीय नियम लागू करके चंडीगढ़ से पूरा कब्जा करना चाहती है। पंजाब के मुख्यमंत्री भगवंत मान के वलों पंजाब के लोगों के लिए वड्डे ऐलान किए गए हैं। दस दिए कि भगवंत मान ने कहा है कि हुण पंजाब च राशन की डोर टू जो है डोर स्टैप डिलवरी होनी शुरू होगी, मतलब कि हुण मान सरकार घर घर राशन पहुँचाएगी। जी हाँ, उन्होंने कहा है कि लोगों को साफ सुथरा राशन मुहैया करवाया जाएगा। भगवंत मान ने कहा कि जिहड़ा व्यक्ति उस दिन ही कमा के उसे दिन खाता है, जेकर उसनू राशन लैन की दिहाड़ी तोड़नी पवे तो किन्ने दुख की गल है। उन्होंने कहा कि बजुर्ग मावं भी 2-2 किलोमीटर दूरी से राशन डिपू तो अपना जो है लैन जांदियां ने। इस तो बाद कणक ते दाल चों रोड़ चुगने पैंदे ने अते कणक की हालत भी कोई अजिही है कि कोई खाण योगी नहीं है। उन्होंने कहा कि पंजाब के लोगों नूं इन्हां गल्लां तों हुण जो है छुटकारा मिलेगा। ये सर अज दिया फटाफट खबर, अज दिया खबर नहीं, हूँ मैंने दो इजाजत, धन्यवाद।